वाहिगुरु जी का खालसा वाहिगुरु जी की फतेह। अज असीं दुबारा लाइव होए आ, सच्चे पातशाह दी बड़ी मेहर होई है। बाबा जी जिहड़े तुसीं देख सकदे हो, लाइट मार लगा का, ते इह बाबा प्रताप सिंह जी है जी। ते जिवें कि तुहानूं पता, पिछले 5 दिनां तों बाबा जी साडे कोल संस्था दे विच रहि रहे, सानूं चरण कमल साहिब गुरद्वारा साहिब ने माछुवाड़ा साहिब दे विचों उत्थों सानूं मिले सी बाबा जी। बाबा जी चरण कमल साहब गुरद्वारा साहब तो चरणजीत वीर कैशियर उन्हें सानू फोन करके दस्या सीगा भी बाबा जी उत्थे बैठे, इन्हां दा परिवारक मैंबर कोई मिल नहीं रहा। बाबा जी नू ना तां चंगी तरह दिखाई दिंदा सी ना सुनाई दिंदा बिलकुल ही। ते उत्थों उन्होंने जदों सानू दस्या भी बाबा जी बड़ी माड़ी हालत दे विच उत्थे बैठे आ, तां सच्चे पातशाह ने बड़ी मेहर करी। साडे छोटा भरा नवजोत पंधेरा उस एरिए तों या माछुवाड़े तों होम कलां तों, ਉਹਨਾਂ ਨੂੰ ਅਸੀਂ ਫੋਨ ਕਰਕੇ ਦੱਸਿਆ ਤਾਂ ਉਹ ਉੱਥੇ ਪਹੁੰਚੇ। ਬਾਬਾ ਜੀ ਨੂੰ ਕੈਸ਼ੀਅਰ ਸਾਹਿਬ ਦੇ ਨਾਲ ਗੱਲ ਕਰਕੇ ਉੱਥੋਂ ਲੈ ਕੇ ਆਏ, ਤਾਂ ਬਾਬਾ ਜੀ ਦੀ ਜਿਹੜੀ ਸੁਣਨ ਤੇ ਸਮਝਣ ਦੀ ਸ਼ਕਤੀ ਆ ਉਮਰ ਦੇ ਹਿਸਾਬ ਨਾਲ 90 ਸਾਲ ਦੇ ਕਰੀਬ ਆ, ਉਹ ਬਿਲਕੁਲ ਘਟੀ ਹੋਈ ਆ। ਸਮਝ ਨਹੀਂ ਸੀ ਪਾ ਰਹੇ, ਬਾਬਾ ਜੀ ਨਾਲ ਸਾਨੂੰ ਸਮਝ ਆ ਰਹੀ ਸੀਗੀ ਬਾਬਾ ਜੀ ਦੇ ਬਾਰੇ 'ਚ ਤੇ ਵੀ ਕੀ ਕਹਿਣਾ ਚਾਹੁੰਦੇ ਨੇ। ਬੜੀ ਮੁਸ਼ਕਿਲ ਨਾਲ ਉਸ ਦਿਨ ਰਾਤ ਨੂੰ ਜਦੋਂ ਸਾਡੇ ਕੋਲ 9:30-10 ਵਜੇ ਲੈ ਕੇ ਪਹੁੰਚੇ, ਤਾਂ 1.5-2 ਘੰਟੇ ਲਾ ਕੇ ਬਾਬਾ ਜੀ ਦਾ ਇੱਕ ਨਾਮ ਤੇ ਐਡਰੈਸ ਐਸਟੈਬਲਿਸ਼ ਹੋਇਆ ਸੀ ਵੀ ਨਿੰਬੂਆ ਪਿੰਡ ਤੋਂ ਹੈਗੇ ਆ ਬਾਬਾ ਜੀ, ਡੇਰਾ ਬੱਸੀ ਦੇ ਕੋਲ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਵਾ। ਤੇ ਫਿਰ ਅਸੀਂ ਸਵੇਰ ਨੂੰ ਬਾਬਾ ਜੀ ਨੂੰ ਹੋਸਪਿਟਲਾਈਜ਼ ਕਰਵਾਇਆ, ਟੈਸਟ ਕਰਾਏ। ਬਾਬਾ ਜੀ ਦੇ ਦੋਨੇ ਕੰਨਾਂ ਦੇ ਪਰਦੇ ਫਟੇ ਹੋਏ ਆ ਬਿਲਕੁਲ ਹੀ, ਤੇ ਜਿਹੜਾ ਕਿ ਸੁਣਨ ਦੇ ਕਾਬਲ ਹੋ ਨਹੀਂ ਸਕਦੇ। ਕਾਫੀ ਹੋਰ ਡੀਪਲੀ 2-3 ਟੈਸਟ ਹੋਏ, ਉਹਨਾਂ ਵਿੱਚ ਵੀ ਸਾਨੂੰ ਪਤਾ ਲੱਗਿਆ ਬਾਬਾ ਜੀ ਦੇ ਕੰਨਾਂ 'ਚ ਮਸ਼ੀਨ ਵੀ ਨਹੀਂ ਲੱਗ ਸਕਦੀ। ਪਰ ਮਹਾਰਾਜ ਨੇ ਅੱਜ ਕਿਰਪਾ ਕਰੀ ਹੈ ਬੜੀ ਵੱਡੀ ਸੱਚੇ ਪਾਤਸ਼ਾਹ ਨੇ। ਤੇ ਬਾਬਾ ਜੀ ਦਾ ਪਰਿਵਾਰ ਦਾ ਸਾਡਾ ਰਾਫਤਾ ਕੱਲ ਹੋ ਗਿਆ ਸੀਗਾ। ਕੱਲ ਵੀਰ ਆ ਸਾਡੇ, ਕੀ ਨਾਮ ਵੀਰ ਜੀ? ਹਰਿੰਦਰ ਵੀਰ ਜੀ ਆ ਨਿੰਬੂਆ ਪਿੰਡ ਤੋਂ, ਇਹ ਬਾਬਾ ਜੀ ਦੇ ਭਾਣਜੇ ਆ ਜੀ। ਤੇ ਇਹਨਾਂ ਨੇ ਬੜਾ ਉਪਰਾਲਾ ਕੀਤਾ ਹੈ, ਪਰਉਪਕਾਰ। ਬਾਬਾ ਜੀ ਦੇ ਭਰਾ ਵੀ ਆ, ਬਾਬਾ ਜੀ ਦੀ ਭੈਣ ਆ, ਜਾਣੀ ਕਿ ਚੰਗੇ ਵਧੀਆ ਪਰਿਵਾਰ ਨੂੰ ਬਾਬਾ ਜੀ ਦੇ ਭੈਣ ਭਰਾ ਬਿਲੋਂਗ ਕਰਦੇ, ਵਧੀਆ ਜ਼ਿੰਦਗੀ ਜਿਉਂਦੇ ਆ, ਚੰਗਾ ਸਾਰਾ ਕੁਛ ਹੰਡਾਉਂਦੇ ਆ। ਪਰ ਜਿਵੇਂ ਸਾਨੂੰ ਪਿੰਡ ਤੋਂ ਵੀ ਪਤਾ ਲੱਗਿਆ, ਵੀਰ ਵੀ ਦੱਸਦੇ ਆ, ਬਾਬਾ ਜੀ ਨੂੰ ਸਾਂਭ ਸੰਭਾਲ ਕਰਨ ਵਾਲਾ ਪਰਿਵਾਰ ਦੇ ਵਿੱਚ ਇਸ ਟਾਈਮ ਕੋਈ ਨਹੀਂ ਹੈਗਾ। ਇਹੀ ਵੀਰ ਹੁਣੀ ਇਹਨਾਂ ਨੇ ਬਾਬਾ ਜੀ ਨੂੰ 2 ਖਣ 4 ਪਾ ਕੇ ਦਿੱਤੇ ਹੋਏ, ਆਪਣੇ ਕੋਲ ਰੱਖਦੇ ਆ, ਸੇਵਾ ਸੰਭਾਲ ਕਰਦੇ ਨੇ ਬੂਆ ਪਿੰਡ 'ਚ, ਆਪਣੇ ਨਾਨਕੀ ਰਹਿੰਦੇ ਆ ਵੀਰ ਹਰਿੰਦਰ ਇਹ। ਤੇ ਬਾਬਾ ਜੀ ਦੇ ਘਰੋਂ ਮਾਤਾ ਜੀ ਆ ਜਿਹੜੇ ਸਾਡੇ, ਉਹ ਚੜ੍ਹਾਈ ਕਰ ਗਏ ਪਿਛਲੇ 1 ਸਾਲ ਤੋਂ। ਉਸ ਤੋਂ ਬਾਅਦ ਬਾਬਾ ਜੀ ਦੀ ਹਾਲਤ ਦਿਮਾਗੀ ਤੇ ਜਾਣੀ ਕਿ ਸੋਚਣ ਸਮਝਣ ਦੀ ਸ਼ਕਤੀ ਕਾਫੀ ਜ਼ਿਆਦਾ ਘੱਟ ਗਈ। ਉਮਰ ਦਾ ਵੀ ਬੜੀ ਤੁਹਾਨੂੰ ਪਤਾ ਅਸਰ ਪੈਂਦਾ, ਇਸ ਉਮਰ ਦੇ ਵਿੱਚ ਤਕਰੀਬਨ 90 ਸਾਲ ਦੇ ਕਰੀਬ ਉਮਰ ਆ ਬਾਬਾ ਜੀ ਦੀ। ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਵੀਰ ਭੈਣਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ, ਵੱਧ ਤੋਂ ਵੱਧ ਲਾਈਕ ਕੀਤਾ, ਪੋਸਟਾਂ ਨੂੰ ਅੱਗੇ ਪਾਇਆ, ਵਟਸਐਪ ਤੇ ਸ਼ੇਅਰ ਕੀਤਾ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹਦੇ ਕਰਕੇ ਪਰਿਵਾਰ ਮਿਲਿਆ, ਵੀਰ ਦੱਸਦੇ ਆ ਵੀ ਇਹਨਾਂ ਨੇ ਵਟਸਐਪ ਤੇ ਵੀਡੀਓ ਦੇਖੀਆਂ ਜਾਂ ਫੇਸਬੁੱਕ ਤੇ ਕਿਸੇ ਵੀਰ ਨੇ ਇਹਨਾਂ ਨੂੰ ਦੱਸਿਆ ਤਾਂ ਪਤਾ ਲੱਗਿਆ ਇਹਨਾਂ ਨੂੰ, ਤਾਂ ਅੱਗੇ ਹੁੰਦਾ ਅੱਜ ਬਾਬਾ ਜੀ ਦੇ ਕੋਲ ਇਹ ਪਰਿਵਾਰ ਪਹੁੰਚ ਗਿਆ। ਇਹ ਸਾਰਾ ਇਸ ਚੀਜ਼ ਦਾ ਕ੍ਰੈਡਿਟ ਉਹਨਾਂ ਵੀਰਾਂ ਭੈਣਾਂ ਨੂੰ ਜਾਂਦਾ ਜਿਹੜੇ ਸਾਡੀਆਂ ਪੋਸਟਾਂ ਨੂੰ ਸ਼ੇਅਰ ਤੇ ਲਾਈਕ ਕਰਦੇ ਆ ਵੱਧ ਤੋਂ ਵੱਧ। ਤੇ ਅਸੀਂ ਬੇਨਤੀ ਕਰਦੇ ਹਾਂ ਹੱਥ ਬੰਨ ਕੇ ਵੀ ਜਿਵੇਂ ਇਹਦੇ ਵਿੱਚ ਅਵੇਅਰਨੈਸ ਦਿਖਾਈ ਹੈ ਇਸ ਸਾਡੇ ਕੇਸ ਦੇ ਵਿੱਚ, ਬਾਬਾ ਪ੍ਰਤਾਪ ਸਿੰਘ ਜੀ ਦੇ ਬਾਰੇ 'ਚ ਜਿਵੇਂ ਚਰਨਜੀਤ ਬਾਬਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ, ਇੱਕ ਹੋਰ ਵੀਰ ਸੀ ਉੱਥੇ ਉਹਨਾਂ ਨੇ ਵੀ ਫੋਨ ਕੀਤਾ, ਤੇ ਸਾਡੇ ਟੀਮ ਮੈਂਬਰ ਉੱਥੇ ਪਹੁੰਚ ਕੇ ਬਾਬਾ ਜੀ ਨੂੰ ਲੈ ਆਏ ਵੀ ਪਹਿਲੀ ਸਟੇਜ ਤੇ ਬਾਬਾ ਜੀ ਦਾ ਜਾਣੀ ਕਿ ਕਹਿ ਦਈਏ ਹੈਲਪ ਹੋ ਗਈ। ਜੇ ਇਹੀ ਉੱਥੋਂ ਕਿਤੇ ਬਾਬਾ ਜੀ ਇੱਧਰ ਉੱਧਰ ਨਿਕਲ ਜਾਂਦੇ ਜਾਂ ਹੋਰ ਮਹੀਨਾ ਪਤਾ ਨਾ ਲੱਗਦਾ ਪਰਿਵਾਰ ਨੂੰ ਨਾ ਲੱਭਦੇ, ਅੱਗੇ ਦਰਿਆ ਦਾ ਏਰੀਆ ਪੈਂਦਾ ਸੀ ਟਾਪਿਆਂ ਦੇ, ਜਲੰਧਰ ਏਰੀਏ 'ਚ ਨਿਕਲ ਜਾਂਦੇ ਜਾਂ ਕਿਵੇਂ, ਤਾਂ ਜਾਣੀ ਕਿ ਬੜੀ ਮੁਸ਼ਕਿਲ ਹੋ ਜਾਂਦੀ ਹੈ ਇੱਦਾਂ ਦੇ ਬਜ਼ੁਰਗਾਂ ਨੂੰ ਘਰ 'ਚ ਪਹੁੰਚਣ ਦੇ ਵਿੱਚ, ਤਾਂ ਬੜੀ ਮਾੜੀ ਹਾਲਤ 'ਚ ਪਹੁੰਚ ਜਾਂਦੇ। ਜਿਵੇਂ ਤੁਸੀਂ ਦੇਖਦੇ ਹੋ ਸਾਡੇ ਕੋਲ ਕਿੰਨੇ ਵੀਰ ਇੱਦਾਂ ਦੇ ਰਹਿੰਦੇ ਆ ਜਿਹਨਾਂ ਦੀ ਹਾਲਤ ਇੰਨੀ ਮਾੜੀ ਆ, ਕਿਸੇ ਦੇ ਲੱਤ 'ਚ ਕੀੜੇ ਪੈ ਜਾਂਦੇ, ਕਿਸੇ ਦੇ ਸਿਰ 'ਚ, ਕਿਸੇ ਦੀ ਲੱਤ ਟੁੱਟੀ ਆ, ਕਿਸੇ ਦਾ ਪੱਟ ਟੁੱਟਿਆ, ਕਿਸੇ ਨੂੰ ਕਿੱਦਾਂ, ਯਾਨੀ ਕਿ ਕ੍ਰਿਟੀਕਲ ਸਟੇਜ ਦੇ ਵਿੱਚ ਅਸੀਂ ਬੰਦਿਆਂ ਨੂੰ ਚੱਕ ਕੇ ਲੈ ਕੇ ਆਉਂਦੇ ਹਾਂ। ਤੇ ਯਾਨੀ ਕਿ ਬਾਬਾ ਜੀ ਵਾਲੇ ਕੇਸ 'ਚ ਬਹੁਤ ਵਧੀਆ ਅਵੇਅਰਨੈਸ ਦਿਖਾਈ ਆ ਉਹ ਚਰਨਜੀਤ ਵੀਰ ਉਹਨਾਂ ਨੇ, ਜਿਹਨਾਂ ਨੇ ਸਾਨੂੰ ਦੱਸਿਆ, ਸਾਡੀ ਟੀਮ ਫਟਾਫਟ ਪਹੁੰਚੀ ਤੇ ਲੈ ਕੇ ਬਾਬਾ ਜੀ ਨੂੰ ਸਾਡੇ ਕੋਲ ਆ ਗਏ, ਤੇ ਬਾਬਾ ਜੀ ਦਾ ਇਲਾਜ ਵੀ ਚੱਲ ਰਿਹਾ ਸੀ ਤੇ ਬਾਬਾ ਜੀ ਦਾ ਪਰਿਵਾਰ ਵੀ ਲੱਭ ਗਿਆ, ਤੇ ਬਾਬਾ ਜੀ ਆਪਦੇ ਪਰਿਵਾਰ 'ਚ ਅੱਜ ਪਹੁੰਚਣਗੇ। ਤੇ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕਰੀ ਆ, ਅਸੀਂ ਇਹੀ ਬੇਨਤੀ ਕਰਨੀ ਸੀ ਸੰਗਤਾਂ ਦੇ ਅੱਗੇ ਵੀ ਬਹੁਤ ਵਧੀਆ ਉਪਰਾਲਾ ਹੋਇਆ ਜਿਹਦੇ ਨਾਲ ਬਾਬਾ ਜੀ ਦਾ ਪਰਿਵਾਰ ਲੱਭ ਗਿਆ। ਤੇ ਅਸੀਂ ਸਾਡਾ ਨੰਬਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ 9780300071 ਨੰਬਰ ਆ। ਜੇ ਤੁਹਾਨੂੰ ਵੀ ਕਿਤੇ ਕੋਈ ਇੱਦਾਂ ਦਾ ਲਿਬਾਸ ਹਾਲਤ 'ਚ ਬਜ਼ੁਰਗ ਪੰਜਾਬੀ ਗੁਰਸਿੱਖ ਪਰਿਵਾਰ ਦੇ ਵਿੱਚੋਂ ਕੋਈ ਬਿਲੋਂਗ ਕਰਦਾ ਮਿਲੇ ਤੁਹਾਨੂੰ ਕਿਤੇ ਵੀ, ਸਾਨੂੰ ਜ਼ਰੂਰ ਸੰਪਰਕ ਕਰਿਆ ਕਰੋ, ਅਸੀਂ ਪਹਿਲ ਦੇ ਆਧਾਰ 'ਤੇ ਉੱਥੇ ਪਹੁੰਚਾਂਗੇ, ਉਹਨਾਂ ਦੀ ਹੈਲਪ ਕਰਿਆ ਕਰਾਂਗੇ। ਕਿਉਂਕਿ ਸਾਡਾ ਲਿਆ ਹੋਇਆ ਸੁਪਨਾ ਹੈ ਜਿਹੜਾ ਸਾਡੇ ਭਰਾ ਵੀਰਿੰਦਰ ਗਰੇਵਾਲ ਦੇ ਨਾਲ, ਉਹ ਅਸੀਂ ਸਾਕਾਰ ਕਰਨ ਦੇ ਵਿੱਚ ਹਰ ਟਾਈਮ ਤਤਪਰ ਰਹਿੰਦੇ ਹਾਂ। ਅੱਜ ਇੱਕ ਹੋਰ ਸੁਪਨਾ ਉਸ ਵੀਰ ਦਾ ਪੂਰਾ ਹੋਇਆ, ਇੱਕ ਬਜ਼ੁਰਗ ਪਰਿਵਾਰ ਦੇ ਵਿੱਚ ਅੱਜ ਪਹੁੰਚ ਜਾਣਗੇ।
ਤੇ ਆਪਣੇ ਜਾਣੀ ਕਿ ਕਹਿ ਸਕਦੇ ਹਾਂ ਆਲਣੇ ਦੇ ਵਿੱਚ ਪਹੁੰਚਣਾ ਬੜੀ ਵੱਡੀ ਗੱਲ ਹੈ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਬਾਬਾ ਜੀ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ, ਬਾਕੀ ਉਹ ਇਦਾਂ ਹੀ ਖੁਸ਼ੀ ਤੇ ਆਪਣੇ ਪਰਿਵਾਰ ਦੇ ਵਿੱਚ ਬਸਰ ਕਰ ਸਕਣ ਜੀ। ਤੇ ਇਹੀ ਬੇਨਤੀਆਂ ਕਰਨੀਆਂ ਸੀਗੀਆਂ ਜੀ। ਸਾਰੇ ਵੀਰਾਂ ਤੇ ਭੈਣਾਂ ਨੂੰ ਫਿਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਪੋਸਟਾਂ ਨੂੰ ਸ਼ੇਅਰ ਕੀਤਾ ਅੱਗੇ ਵੱਧ ਤੋਂ ਵੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਜੀ, ਤੁਸੀਂ ਆ ਗਏ। ਹਾਂਜੀ ਸੰਗਤਾਂ ਦਾ ਵੀ ਤੁਸੀਂ ਧੰਨਵਾਦ ਜੀ ਕਰਨਾ ਕਰ ਸਕਦੇ ਹੋ ਜੀ। ਤੇ ਬਹੁਤ ਬੰਦੇ ਏਦਾਂ ਦੇ ਆ ਜਾਣੀ